पटियाला च अज मिनी बस ऑपरेटरों ने पंजाब सरकार खिलाफ रोस प्रदर्शन किया। इन्हां बस मालकां दा दोष है कि पंजाब सरकार दीआं माड़ियां नीतियां कारण उन्हां दे परमिट रद्द करवा दिते गए ने, क्योंकि पंजाब विच मौजूदा समय पेंडू खेतरां च 1980 तो लैके हुण तक 6700 दे करीब मिनी बसां चल रहीआं ने। इन्हां बसां दे परमिट पढ़े लिखे नौजवानां SC BC वर्गां दे लोकां नूं दित्ते गए सन। उत्थे ही एसोसीएशन दे सीनियर वाइस प्रधान बलदेव सिंह बब्बू ने कहा कि हुण बसां चल नहीं रहीआं जिन्हां लोकां ने कर्जा लैके बसां चलाईआं सन। बैंक वाले उन्हां तों किश्त दी मांग कर रहे ने, जिस कारण बस ड्राइवर मानसिक तनाव दा शिकार हो चुके ने। उन्हां कहा कि जेकर आउण वाले दिनां च सरकार ने कोई हल ना कीता तां उन्हां दी हालत बद तों बदतर हो सकदी है। ਜਿਹੜਾ ਅਸੀਂ ਪਟਿਆਲੇ ਜਾਂ ਧਰਨਾ ਦੇਣ ਵਾਸਤੇ ਆਏ ਹਾਂ, ਸਾਡੀਆਂ ਮਿੰਨੀਆਂ ਬੱਸਾਂ ਦੇ ਪਰਮਿਟ ਜਿਹੜੇ ਸੀ ਉਹ ਰੱਦ ਕੀਤੇ ਗਏ ਆ, ਅਤੇ ਜਿਹੜੇ ਪਰਮਿਟ ਰੱਦ ਕੀਤੇ ਆ ਉਹ ਆਮ ਲੋਕਾਂ ਨੂੰ ਦਿੱਤੇ ਜਾ ਰਹੇ ਆ। ਸਾਡੀ ਮੰਗ ਇਹ ਆ ਕਿ ਜਿਹੜੇ ਸਾਡੇ ਪਰਮਿਟ 3580 ਕੋਰਟ ਵਿੱਚੋਂ ਵਜੇ ਉਹਨਾਂ ਨੂੰ ਰੀਨਿਊ ਕੀਤਾ ਜਾਵੇ, ਅਤੇ ਜਿਹੜੇ 3120 ਜਿਹੜੇ ਰੱਦ ਕੀਤੇ ਨੇ ਉਹਨਾਂ ਆਪਰੇਟਰਾਂ ਨੂੰ ਪਹਿਲਾਂ ਦੇ ਕੇ ਉਹ ਜਿਹੜੇ ਮਰਨ ਦੇ ਕਿਨਾਰੇ ਸਾਡੇ ਆਪਰੇਟਰ ਗਏ ਨੇ ਉਹਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਨੂੰ ਪਹਿਲਾਂ 3120 ਨੂੰ ਪਰਮਿਟ ਦੇ ਕੇ ਜੇ ਹੋਰ ਕਿਸੇ ਨੂੰ ਦੇਣੇ ਆ, ਅਤੇ 12 ਕਿਲੋਮੀਟਰ ਦੀ ਜਿਹੜੀ ਸਕੀਮ ਸਰਕਾਰ ਨੇ ਬਣਾਈ ਆ ਉਹ ਜਿਸ ਤਰ੍ਹਾਂ ਮਰਜ਼ੀ ਚਲਾਵੇ, ਪਰ ਜਿਹੜੇ ਸਾਡੇ ਸਿੱਧੇ ਪਰਮਿਟ ਜਿੱਧਰ ਹੈਗੇ ਆ ਉਹ ਪਿਛਲੀ ਤਰ੍ਹਾਂ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਸਾਡੇ 6700 ਪਰਮਿਟ ਰਹਿਣ। ਸਾਡੀਆਂ ਬੱਸਾਂ 'ਤੇ ਲੋਨ ਆ, ਸਾਡੀਆਂ ਕਿਸ਼ਤਾਂ ਨਹੀਂ ਤਰ ਰਹੀਆਂ। ਸਾਡੇ ਡਰਾਈਵਰ ਕਨੈਕਟਰ ਜਿਹੜੇ ਉਹ ਭੁੱਖੇ ਮਰ ਰਿਹਾ, ਸਾਡੇ ਡਰਾਈਵਰਾਂ ਕਨੈਕਟਰਾਂ ਨੂੰ 1 ਰੁਪਈਏ ਦੀ ਕਦੇ ਇਹਨਾਂ ਨੇ ਸਰਕਾਰ ਨੇ ਕੋਈ ਸਾਡੀ ਸਾਂਝ ਨਹੀਂ ਪਾਈ, 1 ਰੁਪਈਏ ਦੀ ਕੋਈ ਮਦਦ ਨਹੀਂ ਕੀਤੀ।